ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਪੰਜਾਬ ਦੇ ਆਏ ਦਿਨ ਵਧਦੇ ਤਾਪਮਾਨ ਨੂੰ ਵੇਖਦਿਆਂ ਹੋਇਆਂ ਵਾਤਾਵਰਣ ਪ੍ਰੇਮੀਆਂ ਨੇ ਅਜਨਾਲਾ ਮੁੱਖ ਚੌਕ ਦੇ ਉੱਤੇ ਲਗਾਏ ਕਈ ਸ਼ਾਨਦਾਰ ਬੂਟੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਆਏ ਦਿਨ ਪੰਜਾਬ ਦਾ ਵਾਤਾਵਰਣ ਦੂਸ਼ਿਤ ਹੁੰਦਾ ਜਾ ਰਿਹਾ, ਜਿਸ ਦੇ ਚਲਦਿਆਂ ਅਜਨਾਲਾ ਦੇ ਸਾਬਕਾ ਵਿਧਾਇਕ ਅਮਰਪਾਲ ਸਿੰਘ ਅਤੇ ਕਈ ਵਾਤਾਵਰਣ ਪ੍ਰੇਮੀਆਂ ਦੇ ਵੱਲੋਂ ਅਜਨਾਲਾ ਦੇ ਮੁੱਖ ਮਾਰਗ ਦੇ ਉੱਤੇ ਛਾਂਦਾਰ ਰੁੱਖ ਲਗਾਏ ਗਏ। ਇਸ ਸੰਬੰਧੀ ਪੂਰਵ ਵਿਧਾਇਕ ਬੋਨੀ ਅਮਰਪਾਲ ਸਿੰਘ ਨੇ ਕਿਹਾ ਕਿ ਵਾਤਾਵਰਣ ਸਾਰੀ ਸ੍ਰਿਸ਼ਟੀ ਦਾ ਮੂਲ ਆਧਾਰ ਹੈ ਤੇ ਜੇਕਰ ਅਸੀਂ ਵਾਤਾਵਰਣ ਨੂੰ ਪਰਮਾਤਮਾ ਦਾ ਦੂਸਰਾ ਰੂਪ ਕਹੀਏ ਤਾਂ ਇਸ ਦੇ ਵਿੱਚ ਕੁਝ ਗਲਤ ਨਹੀਂ ਹੋਵੇਗਾ ਅਤੇ ਵਾਤਾਵਰਣ ਸਾਡੇ ਨੇੜੇ ਤੇੜੇ ਲੱਗੇ ਹੋਏ ਪੇੜ ਪੌਦਿਆਂ ਉੱਤੇ ਹੀ ਨਿਰਭਰ ਕਰਦਾ ਹੈ ਤੇ ਜੇਕਰ ਅਸੀਂ ਪੇੜ ਪੌਦੇ ਲਗਾਉਂਦੇ ਹਾਂ, ਉਹਨਾਂ ਦੀ ਸਾਂਭ ਸੰਭਾਲ ਕਰਦੇ ਹਾਂ ਤਾਂ ਇੱਕ ਹਿਸਾਬ ਦੇ ਨਾਲ ਅਸੀਂ ਆਪਣੇ ਵਾਤਾਵਰਣ ਨੂੰ, ਆਪਣੀ ਪ੍ਰਕਿਰਤੀ ਨੂੰ ਬਚਾਉਂਦੇ ਹਾਂ, ਆਪਣੇ ਪਰਮਾਤਮਾ ਦੀ ਸਾਂਭ ਸੰਭਾਲ ਕਰਦੇ ਹਾਂ ਤੇ ਇਹ ਵੀ ਉਸ ਪਰਮਾਤਮਾ ਦੀ ਭਗਤੀ ਨਾਲੋਂ ਘੱਟ ਨਹੀਂ ਹੈ। ਸਿਰਫ ਇੱਕ ਪੇੜ ਲਗਾਉਣ ਦੇ ਨਾਲ ਹੀ ਜੇਕਰ ਅਸੀਂ ਉਹਨੂੰ ਪਾਲ ਪੋਸ ਕੇ ਵੱਡਾ ਕਰ ਦਿੰਦੇ ਹਾਂ ਤਾਂ ਉਸ ਦੇ ਨਾਲ ਕਈ ਜੀਵ ਜੰਤੂਆਂ ਦੇ ਜੀਵਨ ਦਾ ਨਵਾਂ ਉਧਾਰ ਹੁੰਦਾ ਹੈ ਤੇ ਜੇਕਰ ਹਰ ਕੋਈ ਇਸ ਤਰ੍ਹਾਂ ਰੁੱਖ ਲਗਾ ਕੇ ਆਪਣੇ ਵਾਤਾਵਰਣ ਨੂੰ ਸਾਫ਼ ਸੁਥਰਾ ਤੇ ਸਵੱਛ ਰੱਖਣ ਦੀ ਕੋਸ਼ਿਸ਼ ਕਰਦਾ ਤਾਂ ਇਹ ਵੀ ਕਿਸੇ ਪੁੰਨ ਤੋਂ ਘੱਟ ਨਹੀਂ ਹੈ। ਤੇ ਜੇਕਰ ਭਾਰਤੀ ਸੰਸਕ੍ਰਿਤੀ ਦੀ ਗੱਲ ਕੀਤੀ ਜਾਵੇ ਤਾਂ ਭਾਰਤੀ ਸੰਸਕ੍ਰਿਤੀ ਦੇ ਅਨੁਸਾਰ ਸ਼ਾਸਤਰਾਂ ਵਿੱਚ ਵੀ ਅਜਿਹਾ ਹੀ ਕੁਝ ਲਿਖਿਆ ਕਿ ਅਗਰ ਅਸੀਂ ਇੱਕ ਪੇੜ ਲਗਾਉਂਦੇ ਹਾਂ, ਉਸਨੂੰ ਪਾਲ ਪੋਸ ਕੇ ਵੱਡਾ ਕਰਦੇ ਹਾਂ ਤਾਂ ਉਸ ਤੋਂ ਸਾਨੂੰ ਇੱਕ ਹਵਨ, ਇੱਕ ਯੱਗ ਜਿੰਨਾ ਪੁੰਨ ਖੱਟਣ ਦਾ ਮੌਕਾ ਮਿਲਦਾ ਹੈ। ਹੋਰ ਕੀ ਕੁਝ ਕਿਹਾ, ਆਓ ਮਾਰਦੇ ਹਾਂ ਇੱਕ ਨਜ਼ਰ। ਤੇ ਧੰਨਵਾਦੀਆਂ ਬਾਜਵਾ ਸਾਹਿਬ ਦਾ, ਸਮੁੱਚੀ ਉਹਨਾਂ ਟੀਮ ਦਾ ਕਿ ਇਹਨਾਂ ਦੇ ਯਤਨਾਂ ਸਦਕਾ ਅੱਜ ਉਸ ਭਾਵੇਂ ਹਿੰਦੂਆਂ ਦੀ ਬਾਣੀ ਆ, ਸਿੱਖਾਂ ਦੀ ਆ, ਮੁਸਲਮਾਨਾਂ ਦੀ ਆ, ਕੋਈ ਵੀ ਧਰਮ ਆ, ਕੋਈ ਵੀ ਗ੍ਰੰਥ ਆ, ਕੋਈ ਵੀ ਵੇਦ ਆ, ਹਰ ਇੱਕ ਨੇ ਇਸ ਇਨਵਾਇਰਮੈਂਟ ਨੂੰ, ਇਸ ਪ੍ਰਕਿਰਤੀ ਨੂੰ, ਇਸ ਕੁਦਰਤ ਦੀ ਜਿਹੜੀ ਮਾਇਆ ਉਹਨੂੰ ਸਲਾਹਿਆ ਉਸ ਬਾਣੀ ਦੇ ਵਿੱਚ। ਜਿਸ ਤਰ੍ਹਾਂ ਸਿੱਖਾਂ, ਸਾਡੀ ਬਾਣੀ ਸਿੱਖ ਧਰਮ ਦੇ ਵਿੱਚ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਤ ਦਿਵਸ ਰਾਤ ਦੋਇਦਾ ਹੈ ਜਿਹੜਾ ਖੇਲੇ ਸਗਲ ਜਗਤ। ਪਰ ਮੈਨੂੰ ਸ਼ਰਮ ਆਉਣ ਲੱਗੀ ਗੱਲ ਕਰਨ ਲੱਗਿਆਂ, ਅਤੇ ਆਪਾਂ ਜਿੱਥੇ ਪਵਨ ਅਤੇ ਆਪਾਂ ਪ੍ਰਦੂਸ਼ਣ ਕਰਤੀ ਆ, ਦੂਸ਼ਿਤ ਇੰਨੀ ਹੀ ਮਾੜੀ ਹਾਲਤ ਕੀਤੀ ਪਈ ਆ, ਪਾਣੀ ਵੀ ਹੇਠਲਾ ਆਪਾਂ ਖਤਮ ਕਰਦੇ ਪਏ, ਅਤੇ ਜਿਹੜੀ ਧਰਤੀ ਆ, ਧਰਤੀ ਨੂੰ ਤਾਂ ਆਪਾਂ ਧਰਤੀ ਸਮਝਦੇ ਹੀ ਨਹੀਂ ਆ। ਐਵੇਂ ਗੱਲਾਂ ਕਰਨ ਨੂੰ ਅਮਲੀ ਜਾਮੇ ਬਣਾਉਣੇ ਬਹੁਤ ਔਖੇ ਹੁੰਦੇ ਨੇ, ਬਾਣੀਆਂ ਪੜ੍ਹਨੀਆਂ ਸੌਖਲੀਆਂ ਨੇ ਪਰ ਅਮਲੀ ਜਾਮੇ ਬਣਾਉਣੇ ਬਹੁਤ ਔਖੇ ਹੁੰਦੇ ਨੇ। ਮੈਂ ਤਾਂ ਆਪਾਂ ਨੂੰ ਜਿਹੜੇ ਸਾਡੇ ਉਮਰ ਵਾਲੇ ਆ, ਜਿਹੜੇ ਇਸ ਸਾਡੇ ਤੋਂ ਵੱਡੇ ਉਮਰ ਵਾਲੇ ਆ, ਸਾਨੂੰ ਆਪਾਂ ਨੂੰ ਸ਼ਰਮ ਕਾਉਣੀ ਚਾਹੀਦੀ ਆ ਕਿ ਆਪਾਂ ਜਿਹੜੀ ਆਉਣ ਵਾਲੇ ਆਪਣੀ ਪਨੀਰੀ, ਆਉਣ ਵਾਲੇ ਜਿਹੜੇ ਬੱਚੇ ਆ, ਆਉਣ ਵਾਲਾ ਜਿਹੜਾ ਆਪਣਾ ਭਵਿੱਖ ਆ, ਉਹਨਾਂ ਨੂੰ ਦੇ ਕੇ ਕੀ ਚੱਲਣੇ ਆਪਣੇ ਵਿਰਸੇ 'ਚ, ਆਪਣੇ ਕੋਈ ਜਾਇਦਾਦਾਂ, ਕੋਈ ਪੈਸਾ ਢੇਲਾ, ਕੋਈ ਨੌਕਰੀਆਂ, ਕੋਈ ਇਹ ਤਾਂ ਆਪਾਂ ਦੇ ਨਹੀਂ ਸਕੇ। ਪਰ ਜਿਹੜੀ ਕੁਦਰਤ ਨੇ ਸਾਨੂੰ ਦੇਣ ਦਿੱਤੀ ਆ, ਪਾਣੀ ਦੀ, ਹਵਾ ਦੀ, ਅਗਨ ਦੀ, ਉਹ ਵੀ ਆਪਾਂ ਦੂਸ਼ਿਤ ਕਰਕੇ ਆਪਣਾ ਆਉਣ ਵਾਲੀ ਪੀੜ੍ਹੀ ਨੂੰ ਦੇ ਚੱਲੇ, ਅਤੇ ਆਪਾਂ ਨੂੰ ਤਾਂ ਸ਼ਰਮ ਆਉਂਦੀ ਆ ਕਿ ਸਾਡੇ ਦੇ ਵੱਡ ਵਡੇਰਿਆਂ ਨੇ ਸਾਨੂੰ ਪਾਣੀ ਵੀ ਵਧੀਆ ਦਿੱਤਾ ਸੀ, ਸਾਨੂੰ ਹਵਾ ਵੀ ਵਧੀਆ ਸਾਫ਼ ਸੁਥਰੀ ਦਿੱਤੀ ਸੀ, ਆਪਾਂ ਨੇ ਬੂਟੇ ਵੱਢੀ ਜਾਂਦੇ, ਕੱਟੀ ਜਾਂਦੇ ਹਾਂ। ਇੱਥੇ ਸਰਕਾਰਾਂ, ਭਾਵੇਂ ਸੈਂਟਰ ਦੀ ਸਰਕਾਰ ਆ, ਭਾਵੇਂ ਪੰਜਾਬ ਦੀ ਸਰਕਾਰ ਆ, ਕੋਈ ਸਰਕਾਰ ਆ, ਕਿਸੇ ਧੜੇ ਦੀ ਸਰਕਾਰ ਆ, ਸੋ ਇਹਨਾਂ ਨੂੰ ਸੁਚੇਤ ਹੋਣਾ ਚਾਹੀਦਾ। ਆ ਸਪੀਚਾਂ ਕਰਨਾ, ਆ ਸੈਮੀਨਾਰ ਕਰਨਾ, ਇਹ ਜਿਹੜਾ ਪਾਣੀ ਹੇਠਲਾ, ਇਹ ਉਹਦੇ ਨਾਲ ਹੀ ਹੋਣਾ, ਨਾ ਸਰਕਾਰਾਂ ਕਰ ਸਕਦੀਆਂ। ਇਹ ਜਦ ਤੱਕ ਆਵਾਮ ਸੰਗਤ, ਹਰ ਧਰਮ ਦਾ, ਹਰ ਮਜ਼ਹਬ ਦਾ ਜਿਹੜਾ ਪਾਣੀ ਜਲ ਛਕਦਾ ਆ, ਜਦ ਤੱਕ ਆਵਾਮ ਇਹਦੇ ਬਾਰੇ ਅਵੇਅਰ ਨਹੀਂ ਹੋਊਗੀ, ਤਾਂ ਇਹ ਸਿਰੇ ਨਹੀਂ ਲੱਗਣੀ ਗੱਲ। ਮੈਂ ਤਾਂ ਇਹਨਾਂ ਧੰਨਵਾਦ ਕਰਦਾ ਹਾਂ
ਕਿ ਘੱਟੋ ਘੱਟ ਅਸੀਂ ਨਾਲ ਹੈ ਸ਼ਹਿਰ 'ਚ ਜਿੱਥੇ ਆਹ ਸੜਕ ਦੇ ਕੰਢੇ ਹਮੇਸ਼ਾ ਪੋਲਿਊਸ਼ਨ ਹੀ ਪੋਲਿਊਸ਼ਨ, ਗੱਡੀਆਂ ਚੱਲਣੀਆਂ ਚੱਲਣੀਆਂ। ਆਹ ਜਿਹੜੇ ਅਸੀਂ 5 ਬੂਟੇ ਲਾਏ, 5 ਬੂਟੇ ਨਹੀਂ ਲਾਏ, ਇਹਨਾਂ ਪੰਜਾਂ ਨੇ 500 ਬੂਟੇ ਦਾ, 500 ਬੂਟੇ ਦਾ ਮੁਕਾਬਲਾ ਕਰਨਾ। ਪਰ ਬੂਟਾ ਲਾਉਣਾ ਹੋਰ ਗੱਲ, ਪਰ ਅਸੀਂ ਸੇਵਾ ਸੰਭਾਲ ਕਰਨਾ। ਇਹਨਾਂ ਨੂੰ ਬੇਨਤੀ ਕਰਾਂਗਾ ਪੰਕਜ ਜੀ ਨੂੰ, ਬਾਜਵਾ ਜੀ ਨੂੰ, ਸਮੁੱਚੀ ਇਹਨਾਂ ਟੀਮ ਨੂੰ, ਕਿ ਇਹਨਾਂ ਨੂੰ ਇਹਨਾਂ ਦਾ ਜਿਹੜਾ ਪਾਣੀ ਲਾਉਣਾ, ਇਹਨਾਂ ਨੂੰ ਗੋਡੀ ਕਰਨੀ, ਇਹਨਾਂ ਦਾ ਧਿਆਨ ਰੱਖਣਾ। ਜੇ ਇੱਕ ਜੇ ਪੁੱਤਾਂ ਨੂੰ ਪਾਲਾਂਗੇ, ਇਹ ਵੀ ਜਿਹੜਾ ਆਪਣਾ ਇਨਵਾਇਰਮੈਂਟ, ਆਪਣੀ ਗਰਮੀ ਮਹਿਸੂਸ ਹੋ ਰਹੀ ਆ, ਅੱਜ ਤਰ੍ਹਾਂ ਆਪਾਂ ਵੇਖ ਓਜ਼ੋਨ ਲੇਅਰ ਖਤਮ ਹੋ ਰਹੀ ਆ, ਪਾਣੀ ਦੀ ਤਹਿ ਖਤਮ ਹੋ ਰਹੀ ਆ। ਇਹ ਕੋਈ ਬਾਹਰੋਂ ਇਸ ਧਰਤੀ ਤੋਂ ਬਾਹਰੋਂ ਨਹੀਂ, ਆਪਾਂ ਸਾਰੇ ਇਸ ਧਰਤੀ ਦੇ ਜਿਹੜੇ ਰਹਿਣ ਵਾਲੇ ਆਪਾਂ ਜੁੰਮੇ ਆ ਰਹੇ ਹਾਂ। ਕੋਈ ਇਹ ਨਹੀਂ ਕਿ ਸਰਕਾਰਾਂ ਜੁੰਮੇ ਆ ਰਿਹਾ, ਆਪਾਂ ਸਾਰੇ ਭਾਵੇਂ ਕਿਸੇ ਧਰਮ ਦੇ ਹਾਂ, ਕਿਸੇ ਮਜ਼ਹਬ ਦੇ ਹਾਂ, ਆਪਾਂ ਸਾਰੇ ਇਹ ਜੁੰਮੇ ਆ ਰਹੇ ਹਾਂ। ਆਪਾਂ ਨੂੰ ਇਸ ਪ੍ਰਕਿਰਤੀ ਦਾ, ਇਸ ਵਾਯੂਮੰਡਲ 'ਚ ਜੇ ਆਪਾਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਬਚਾਉਣਾ, ਤਾਂ ਮੈਂ ਤਾਂ ਬੇਨਤੀ ਕਰਾਂਗਾ ਹਰ ਘਰ, ਹਰ ਮਜ਼ਹਬ 'ਚ ਕੋਈ ਭਾਵੇਂ ਗਰੀਬ ਆ, ਭਾਵੇਂ ਅਮੀਰ ਆ, ਭਾਵੇਂ ਕਿਸੇ ਧਰਮ ਦਾ, ਕਿਸੇ ਮਜ਼ਹਬ ਦਾ, ਜਿੰਨੇ ਘਰ ਦੇ ਜੀ ਆ, ਉਨੇ ਹੀ ਇੱਕ ਇੱਕ ਪੌਦਾ ਜਿੱਥੇ ਜਿੱਥੇ ਵੀ ਤੁਹਾਨੂੰ ਲੱਗਦਾ, ਭਾਵੇਂ ਛੋਟਾ ਜੀ ਆ, ਬੱਚੇ ਆ, ਜੇ ਬੱਚੇ ਨਾਲ ਜਨਮਦਿਨ ਮਨਾਉਣਾ ਉਹਦੇ, ਜੇ ਕਿਸੇ ਦਾ ਦੁੱਖ ਦਾ ਉੱਥੇ ਵੀ ਬੂਟਾ ਲਾਉਣਾ ਚਾਹੀਦਾ, ਜੇ ਕਿਸੇ ਧੀ ਜੰਮਦੀ ਉਹਦਾ ਵੀ, ਜੇ ਬੰਦਾ ਕਰਨਾ ਚਾਹੇ ਇਸ ਧਰਤੀ ਨੂੰ ਸਵਰਗ ਬਣਾ ਸਕਦਾ। ਪਰ ਆਪਾਂ ਇੱਕ ਆਪਾਂ ਨੂੰ ਦੌੜਾਂ ਲੱਗੀਆਂ ਇੱਕ ਦੂਜੇ ਨੂੰ ਮਾਰਨ ਦੀਆਂ, ਇੱਕ ਦੂਜੇ ਨੂੰ ਗੱਦੀਆਂ ਲਾਉਣ ਦੀਆਂ, ਇੱਕ ਦੂਜੇ ਦੀਆਂ ਚੁਗਲੀਆਂ ਨਿੰਦਿਆਂ 'ਚ ਫਸੇ ਪਏ ਹਾਂ, ਅਤੇ ਪ੍ਰਕਿਰਤੀ ਉੱਥੇ ਕੀ ਕਰੂਗੀ? ਪ੍ਰਕਿਰਤੀ ਤਦ ਹੀ ਸਾਥ ਕਰਾਂਗੇ ਜੇ ਆਪਾਂ ਉਹਦੇ ਸਾਥ ਦੇਵਾਂਗੇ। ਮੈਂ ਫਿਰ ਤੁਹਾਡੀ ਸਾਰੀ ਟੀਮ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਦਕੇ ਸੇਵਾ ਦਾ ਮੌਕਾ ਦਿੱਤਾ, ਨਾਲੇ ਦਰਸ਼ਨ ਮੇਲੇ ਕਰਾਏ। ਮੈਂ ਗੁਰੂ ਅੱਗੇ ਹੋਰ ਅਰਦਾਸ ਕਰਾਂਗਾ ਕਿ ਸਾਨੂੰ ਸਮੱਤ ਬਖਸ਼ੇ, ਬਲ ਬਖਸ਼ੇ, ਕਿ ਜਿਹੜੀ ਤੇਰੀ ਸਜਾਈ ਹੋਈ ਕਾਇਨਾਤ ਆ, ਜਿਹੜੀ ਪ੍ਰਕਿਰਤੀ ਆ, ਉਹ 'ਚ ਅਸੀਂ ਵੀ ਇਹ ਸੇਵਾ ਕਰ ਸਕੀਏ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰੋ, ਸਾਡਾ ਸਾਰਿਆਂ ਦਾ ਆਪਣਾ ਹੀ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਨੇੜੇ ਤੇੜੇ ਜਿੱਥੇ ਵੀ ਕੋਈ ਖਾਲੀ ਸਥਾਨ ਦੇਖਦੇ ਹਾਂ, ਉੱਥੇ ਕੋਈ ਨਾ ਕੋਈ ਛਾਂਦਾਰ ਵੱਡਾ ਰੁੱਖ ਜ਼ਰੂਰ ਲਗਾਈਏ। ਖਾਸ ਕਰਕੇ ਅੱਜ ਪੰਜਾਬ ਨੂੰ ਜੇ ਲੋੜ ਹੈ, ਬੋੜਾਂ, ਪਿੱਪਣਾ, ਟਾਹਲੀਆਂ ਵਰਗੇ ਪੇੜਾਂ ਦੀ ਲੋੜ ਹੈ, ਜੋ ਜ਼ਮੀਨ ਦੇ ਹੇਠਲਾ ਪਾਣੀ ਘੱਟ ਸੋਖਦੇ ਨੇ ਤੇ ਹਵਾ ਦੀ ਨਮੀ ਦੇ ਵਿੱਚੋਂ ਪਾਣੀ ਲੈ ਕੇ ਆਪਣਾ ਗੁਜ਼ਾਰਾ ਕਰਦੇ ਨੇ, ਪਨਪਦੇ ਨੇ, ਤੇ ਦੂਸਰੇ ਪੇੜਾਂ ਨਾਲੋਂ ਵੱਧ ਆਕਸੀਜਨ ਪ੍ਰਦਾਨ ਕਰਦੇ ਨੇ, ਵਾਤਾਵਰਣ ਨੂੰ ਸ਼ੁੱਧ ਰੱਖਣ ਦੇ ਵਿੱਚ ਸਭ ਤੋਂ ਵੱਧ ਸਹਾਇ ਸਾਬਿਤ ਹੁੰਦੇ ਨੇ। ਇਸ ਲਈ ਅਸੀਂ ਗੁਰਬਾਣੀ ਅਖੰਡ ਬਾਣੀ ਵੱਲੋਂ ਵੀ ਹੱਥ ਬੰਨ ਕੇ ਹਰ ਕਿਸੇ ਨੂੰ ਬੇਨਤੀ ਕਰਦੇ ਹਾਂ ਕਿ ਆਪਣੇ ਵੱਲੋਂ, ਆਪਣੇ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਕਸਬਿਆਂ ਦੇ ਵਿੱਚ, ਗਲੀਆਂ ਮੁਹੱਲਿਆਂ ਦੇ ਵਿੱਚ, ਜਿੱਥੇ ਵੀ ਤੁਹਾਨੂੰ ਜਗ੍ਹਾ ਖਾਲੀ ਮਿਲਦੀ ਹੈ, ਉੱਥੇ ਬੋੜ, ਪਿੱਪਲ ਜਾਂ ਟਾਹਲੀਆਂ ਵਰਗੇ ਰੁੱਖ ਜ਼ਰੂਰ ਲਗਾਓ, ਤਾਂ ਜੋ ਪੰਜਾਬ ਦਾ ਗੰਦਲਾ ਹੁੰਦਾ ਹੋਇਆ ਵਾਤਾਵਰਣ ਅਸੀਂ ਮੁੜ ਸ਼ੁੱਧ ਕਰ ਸਕੀਏ, ਤਾਂ ਜੋ ਸਾਡੀਆਂ ਆਉਣ ਵਾਲੀਆਂ ਨਵੀਆਂ ਪੀੜ੍ਹੀਆਂ, ਨਵੀਆਂ ਪਨੀਰੀਆਂ ਸਾਫ਼ ਹਵਾ ਦੇ ਵਿੱਚ ਸਾਹ ਲੈ ਸਕਣ। ਤੁਸੀਂ ਇਸ ਮੁਹਿੰਮ ਦੇ ਵਿੱਚ ਸ਼ਾਮਿਲ ਹੋ ਜਾਂ ਨਹੀਂ ਹੋ, ਤੁਸੀਂ ਆਪਣੇ ਇਲਾਕੇ ਦੇ ਵਿੱਚ ਪੇੜ ਲਗਾ ਰਹੇ ਹੋ ਜਾਂ ਨਹੀਂ ਲਗਾ ਰਹੇ, ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਨਾ, ਤਾਂ ਜੋ ਹਰ ਕੋਈ ਇਸ ਮੁਹਿੰਮ ਦਾ ਹਿੱਸਾ ਬਣ ਸਕੇ। ਗੁਰਬਾਣੀ ਅਖੰਡ ਬਾਣੀ ਵਾਸਤੇ ਅਜਨਾਲਾ ਤੋਂ ਜਗਜੀਤ ਸਿੰਘ ਅਜਨਾਲਾ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।